ਸੰਗੀ ਪੁਲਿਸ ਵੱਲੋਂ ਬਾਰੀਕਾਡੇ ਪੈਂਸਿਲਵਾਨੀਆ ਰਾਜ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ ਜੋ ਲਿਹਾਈ ਵੈਲੀ ਇੰਟਰਨੈਸ਼ਨਲ 에ਅਰਪੋਰਟ ਤੋਂ ਫਲੋਰੀਡਾ ਜਾ ਰਹੇ ਜਹਾਜ਼ ਵਿੱਚ ਕਥਿਤ ਤੌਰ ਤੇ ਤਮਾਕੇ ਖੇਜ਼ ਸਮਗਰੀ ਲਿਜਾਣ ਦੇ ਯਤਨ ਵਿੱਚ ਸੀ ਪ੍ਰਾਪਤ ਵੇਰਵਿਆਂ ਦੇ ਅਨੁਸਾਰ ਮਾਰਕ ਨਾਮੀ ਵਿਅਕਤੀ ਦੇ ਸੂਟਕੇਸ ਵਿੱਚ ਤਮਾਕੇ ਖੇਜ਼ ਸਮਗਰੀ ਪਾਈ ਗਈ ਜਿਸ ਤੋਂ ਪ੍ਰਾਂਤ ਖਤਰੇ ਦਾ అలਾਰਮ ਵਜਾਇਆ ਗਿਆ ਸੁਰੱਖਿਆ ਅਮਲੇ ਨੇ ਮਾਰਕ ਨੂੰ ਹਵਾਈ ਅੱਡੇ ਦੀ ਸਿਕਿਉਰਿਟੀ ਡੈਸਕ ਤੇ ਆਉਣ ਦੇ ਲਈ ਕਿਹਾ ਪਰੰਤੂ ਉਹ ਨਹੀਂ ਆਇਆ ਸੀਸੀਟੀਵੀ ਵੀ ਕੈਮਰਿਆਂ ਚ ਉਸ ਨੂੰ ਨਿਗਰਾਨੀ ਹਵਾਈ ਅੱਡੇ ਤੋਂ ਬਾਹਰ ਜਾਂਦਿਆਂ ਵੇਖਿਆ ਗਿਆ ਬਾਅਦ ਵਿੱਚ ਉਸ ਨੂੰ ਐਫਬੀਆਈ ਨੇ ਲਾਂਡਸਪੋਰਡ ਵਿੱਚ ਅਲੀ ਰਿਹائش ਤੋਂ ਬਨਾ ਕਿਸੇ ਅਣਸੁਖਾਮੀ ਘਟਨਾ ਦੇ ਗ੍ਰਿਫਤਾਰ ਕਰ ਲਿਆ